ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਕੌਰ ਪਹਿਲਾਂ ਪੇਸ਼ ਨੇ ਚੌਥੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਤਿਹਾਰਾਂ ਦੇ ਇਸ ਸੀਜ਼ਨ ਦੌਰਾਨ ਕਰੋਨਾ ਵਾਇਰਸ ਤੋਂ ਬਚਾਅ ਵਿੱਚ ਕਿਸੇ ਵੀ ਤਰ੍ਹਾਂ ਦੇ ਢਿੱਲਮੱਠ ਜਾਂ ਲਾਪਰਵਾਹੀ ਤੋਂ ਗੁਰੇਜ਼ ਕਰਨ ਦੀ ਨਸੀਹਤ ਦਿੱਤੀ ਹੈ ਰਾਸ਼ਟਰ ਨੂੰ ਆਪਣੇ ਸੰਬੋਧਨ ਦੌਰਾਨ ਉਹਨਾਂ ਕਰੋਨਾ ਵਾਇਰਸ ਲਈ ਵੈਕਸੀਨ ਤਿਆਰ ਕਰਨ ਦੇ ਯਤਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਸ਼ਵ ਦੇ ਵਿਗਿਆਨੀਆਂ ਵਾਂਗ ਭਾਰਤ ਦੇ ਵਿਗਿਆਨੀ ਵੀ ਇਸ ਪਾਸੇ ਵੱਲ ਜੀ-ਜਾਨ ਨਾਲ ਲੱਗੇ ਹੋਏ ਨੇ ਨਰੇਂਦਰ ਮੋਦੀ ਨੇ ਕਿਹਾ ਕਿ ਕੋਰੋਨਾ ਵੈਕਸੀਨ ਆਉਣ ਤੋਂ ਬਾਅਦ ਇਸ ਨੂੰ ਦੇਸ਼ ਭਰ ਦੇ ਚ ਨਾਗਰਿਕਾਂ ਤੱਕ ਪਹੁੰਚਾਉਣ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੀਡੀਆ ਅਤੇ ਸੋਸ਼ਲ ਮੀਡੀਆ ਤੇ ਸਰਗਰਮ ਲੋਕਾਂ ਨੂੰ ਕੋਰੋਨਾ ਤੋਂ ਬਚਾ ਲਈ ਜਨ ਅੰਦੋਲਨ ਚਲਾਉਣ ਲਈ ਕਿਹਾ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਅੱਜ ਮੁਹਾਲੀ ਤੇ ਰੂਪਨਗਰ ਜ਼ਿਲ੍ਹਿਆਂ ਦੇ ਕਿਸਾਨਾਂ ਅਤੇ ਪੱਤਰਕਾਰਾਂ ਨਾਲ ਵਰਚੁਅਲ ਮਾਧਿਅਮ ਰਾਹੀਂ ਖੇਤੀ ਕਾਨੂੰਨਾਂ ਤੇ ਚਰਚਾ ਕੀਤੀ ਜੀਤਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ ਨਵੇਂ ਕਾਨੂੰਨਾਂ ਵਿੱਚ ਐਮਐਸਪੀ ਜਾਂ ਮੰਡੀਆਂ ਖਤਮ ਕਰਨ ਦਾ ਕੋਈ ਵੀ ਜ਼ਿਕਰ ਨਹੀਂ ਹੈ ਅਤੇ ਇਹ ਵਿਵਸਥਾ ਜਿੰਸ ਦੀ ਔਨਲਾਈਨ ਖਰੀਦ ਦੇ ਨਾਲ-ਨਾਲ ਜਾਰੀ ਰਹੇਗੀ ਕਿਸਾਨਾਂ ਨੇ ਕੇਂਦਰੀ ਮੰਤਰੀ ਜੀਤਿੰਦਰ ਸਿੰਘ ਨਾਲ ਖੇਤੀ ਕਾਨੂੰਨਾਂ ਤੇ ਚਰਚਾ ਤੋਂ ਬਾਅਦ ਤਸੱਲੀ ਪ੍ਰਗਟ ਕੀਤੀ ਕੇਂਦਰ ਵੱਲੋਂ ਆਂਦੇ ਗਏ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਪੰਜਾਬ ਵਿਧਾਨ ਸਭਾ ਵਿੱਚ ਸਰਕਾਰ ਵੱਲੋਂ 4 ਬਿੱਲ ਲਿਆਂਦੇ ਗਏ 20 ਦਿਨ ਪਾਰਤ ਵਿੱਚ 4 ਮਹੀਨਿਆਂ ਵਿੱਚ ਸਭ ਤੋਂ ਘੱਟ 46790 ਨਵੇਂ ਕਰੋਨਾ ਮਾਮਲੇ ਸਾਹਮਣੇ ਆਏ ਦੇਸ਼ ਵਿੱਚ ਕਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 6733328 ਤੱਕ ਪਹੁੰਚੀ ਜੰਮੂ ਕਸ਼ਮੀਰ ਦੇ ਪਲਵਾਮਾ ਜ਼ਿਲ੍ਹੇ ਵਿੱਚ ਸਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ ਦੋ ਅਤਵਾਦੀ ਮਾਰੇ ਗਏ ਤੇ ਪਾਕਿਸਤਾਨਯਾ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ ਵਿੱਚ ਕਮਾਂਡਰੀ ਸਰਹਾਦ ਤੇ ਬੀਐਸਐਫ ਦੀਆਂ ਸਰਹੱਦੀ ਨਿਗਰਾਨ ਚੌਕੀਆਂ ਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕੀਤੀ ਤੇ ਹੁਣ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲਾਕਡਾਊਨ ਤੋਂ ਬਾਅਦ ਹੁਣ ਗਤੀਵਿਧੀਆਂ ਕਾਫੀ ਜ਼ਿਆਦਾ ਵਧ ਗਈਆਂ ਨੇ ਅਤੇ ਤਿਹਾਰਾਂ ਦੇ ਇਸ ਸੀਜ਼ਨ ਦੌਰਾਨ बाजारा भी रौनक गई है पर चेते रखना चाहिए कि लॉकडाउन चला गया है पर कोरोना वायरस नहीं त्योहारों का समय हमारे जीवन में खुशियों का समय है उल्लास का समय है एक कठिन समय से निकलकर हम आगे बढ़ रहे हैं थोड़ी सी लापरवाही हमारी गति को रोक सकती है हमारी खुशियों को दुमिल कर सकती है जीवन की जिम्मेदारियों को निभाना और सतर्कता ये दोनों साथ साथ चलेंगे तभी राष्ट्र में प्रधानमंत्री ने कहा कि आजकल ए वेखण वेखण्च आया है कि लोग हूं कोरोना वायरस नैके ਬਹੁਤ ਹੀ ਲਾਪਰਵਾਹ ਅਤੇ ਅਵੇਸਲੇ ਹੋ ਗਏ ਨੇ ਜੋ ਬਿਲਕੁਲ ਵੀ ਠੀਕ ਨਹੀਂ ਹੈ ਅਜਾਹੇ ਵਰਤਾਰੇ ਨਾਲ ਅਸੀਂ ਸਾਰਿਆਂ ਨੂੰ ਹੀ ਖਤਰੇ ਵਿੱਚ ਪਾ ਰਹੇ ਹਾਂ ਪ੍ਰਧਾਨ ਮੰਤਰੀ ਨੇ ਚੇਤਾਵਨੀ ਭਰੇ ਅੰਦਾਜ਼ ਵਿੱਚ ਕਿਹਾ ਕਿ ਵਿਸ਼ਵ ਦੇ ਕਈ ਮੁਲਕਾਂ ਵਿੱਚ ਪਹਿਲਾਂ ਕਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਪਰ ਬਾਅਦ ਵਿੱਚ ਇਕਦਮ ਕਰੋਨਾ ਕੇਸਾਂ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਹਾਲ ਦੇ ਦਿਨੋਂ ਮੈਂ ਹਮ ਸਭ ਨੇ ਬਹੁਤ ਸੀ ਤਸਵੀਰਾਂ ਵੀਡੀਓ ਦੇਖੇ ਹਨ जिनमें साफ दिखता है कि कई लोगों ने अब सावधानी बरतना या तो बंद कर दिया है या बहुत ढिलाई ले आए हैं ये बिल्कुल ठीक नहीं है अगर आप लापरवाही बरत रहे हैं बिना मास्क के बाहर निकल रहे हैं तो आप अपने आप को अपने परिवार को अपने परिवार के बच्चों को बुजुर्गों को उतने ही बड़े संकट में डाल रहे हैं। प्रधानमंत्री ने कहा कि भारत कोरोना वायरस की स्थिति के लिहाज नश्व बेहतर स्थिति है उन्होंने कहा कि मुल्क कोरोना तो मौत दर विश्व के होकों को तो किते काटे भारत ज्यादा तो ज्यादा नागरिकों का जीवन बचाने सफल रहा है आप ध्यान रखिए आज अमेरिका हो या फिर यूरोप के दूसरे देश इन देशों में कोरोना के मामले कम हो रहे थे लेकिन अचानक से फिर से बढ़ने लगे हैं और चिंताजनक वृद्धि हो रही है ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦ ਤੱਕ ਕੋਵਿਡ-19 ਦੀ ਵੈਕਸੀਨ ਨਹੀਂ ਆ ਜਾਂਦੀ ਉਦੋਂ ਤੱਕ ਸਾਨੂੰ ਆਪਣੇ ਉਪਰਾਲਿਆਂ ਨੂੰ ਕਮਜ਼ੋਰ ਨਹੀਂ ਕਰਨਾ। ਉਹਨਾਂ ਕਿਹਾ ਕਿ ਵਿਸ਼ਵਪਾਰ ਦੇ ਵਿਗਿਆਨੀ ਕੋਰੋਨਾ ਵੈਕਸੀਨ ਤੇ ਕੰਮ ਕਰ ਰਹੇ ਨੇ ਤੇ ਸਾਡੇ ਵਿਗਿਆਨੀ ਵੀ ਇਸ ਪਾਸੇ ਵੱਲ ਦਿলো ਜਾਨ ਨਾ ਲੱਗੇ ਹੋਏ ਨੇ। ਉਹਨਾਂ ਕਿਹਾ ਕਿ ਕੋਰੋਨਾ ਵੈਕਸੀਨ ਆਉਣ ਤੇ ਇਸ ਨੂੰ ਦੇਸ਼ ਭਰ ਵਿੱਚ ਆਮ ਲੋਕਾਂ ਤੱਕ ਪਹੁੰਚਦੀ ਕਰਨ ਲਈ ਤੇਜ਼ੀ ਨਾਲ ਕੰਮ ਹੋ ਰਿਹਾ ਏ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਮਾਸਕ ਲਗਾਉਣ ਅਤੇ ਦੋ ਗਾਜ਼ ਦੀ ਦੂਰੀ ਬਣਾ ਕੇ ਰੱਖਣ ਦੀ ਅਪੀਲ ਕਰਦਿਆਂ ਕਿਹਾ जब तक दवाई नहीं तब तक टिलाई नहीं प्रधानमंत्री ने मीडिया और सोशल मीडिया के सरगर्म लोगों कोरोना बारे जागरूकता लिया जन अभियान चलाने की अपील की इस महामारी की वैक्सीन नहीं आ जाती हमें कोरोना से अपनी लड़ाई को रत्ती भर भी कमजोर नहीं पड़ने देना है बरसों बाद हम ऐसा होता देख रहे हैं कि मानवता को बचाने के लिए युद्ध स्तर पर पूरी दुनिया में काम हो रहा है केंद्रीय मंत्रियों वालों पंजाब के किसाना प्रेस न खेती कानूनों से चर्चा की कड़ी तहत ਅੱਜ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਮੋਹਾਲੀ ਵਿੱਚ ਮੋਹਾਲੀ ਤੇ ਰੂਪਨਗਰ ਜ਼ਿਲ੍ਹਿਆਂ ਦੇ ਕਿਸਾਨਾਂ ਤੇ ਪੱਤਰਕਾਰਾਂ ਨਾਲ ਵਰਚੁਅਲ ਚਰਚਾ ਕੀਤੀ ਅਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਤੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਵੱਖ-ਵੱਖ ਨੁਕਤਿਆਂ ਤੇ ਕਈ ਸਪਸ਼ਟੀਕਰਨ ਦਿੱਤੇ ਜਤਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ ਨਵੇਂ ਖੇਤੀ ਕਾਨੂੰਨਾਂ ਤਹਿਤ سرمایہਕਾਰ ਕੰਪਨੀਆਂ ਵੱਲੋਂ ਸਿਰਫ ਕਿਸਾਨਾਂ ਦੀ ਫਸਲ ਦਾ ਹੀ ਕੰਟਰੈਕਟ ਕੀਤਾ ਜਾਵੇਗਾ ਤੇ ਉਹਨਾਂ ਦੀ ਜ਼ਮੀਨ ਦਾ ਤਬਜ਼ਾ ਉਹਨਾਂ ਦੇ ਕੋਲ ਹੀ ਰਹੇਗਾ ਉਨ੍ਹਾਂ ਦੱਸਿਆ ਕਿ ਨਵੇਂ ਕਾਨੂੰਨਾ ਅਨੁਸਾਰ ਕਿਸਾਨਾਂ ਨੂੰ ਨਦੀ ਫਸਲ ਦੀ ਅਦਾਇਗੀ ਉਸੇ ਦਿਨ ਜਾਂ ਤਿੰਨ ਵਰਕਿੰਗ ਦਿਨਾਂ ਵਿੱਚ ਹੀ ਕਰਨੀ ਹੋਵੇਗੀ ਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸਬੰਧਤ ਕੰਪਨੀ ਨੂੰ ਜੁਰਮਾਨਾ ਤੇ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਏ ਜਤਿੰਦਰ ਸਿੰਘ ਨੇ ਇਹ ਸਪਸ਼ਟ ਕੀਤਾ ਕਿ ਨਵੇਂ ਕਾਨੂੰਨਾ ਵਿੱਚ ਐਮਐਸਪੀ ਜਾਂ ਮੰਡੀਆਂ ਖਤਮ ਕਰਨ ਦਾ ਕੋਈ ਵੀ ਜ਼ਿਕਰ ਨਹੀਂ ਹੈ ਅਤੇ ਇਹ ਵਿਵਸਥਾ ਜਿੰਸ ਦੀ ਔਨਲਾਈਨ ਖਰੀਦ ਦੇ ਨਾਲ-ਨਾਲ ਜਾਰੀ ਰਹੇਗੀ ਸਾਨੂੰ ਕੋਸਣਾ ਸੀ ਦੂਸਰੀ ਗੱਲ ਜਿੱਥੇ ਤੱਕ ਸਿਆਸਤ ਦਾ تعلق ਹੈ ਮੈਂ ਬਹੁਤ ਜ਼ਿਆਦਾ ਕੋਈ ਸਿਆਸੀ ਗੱਲ ਕਰਨਾ ਨਹੀਂ ਚਾਹੁੰਦਾ ਲੇਕਿਨ ਅਫਸੋਸ ਇਸ ਗੱਲ ਦਾ ਹੈ ਕਿ ਕਾਂਗਰਸ ਪਾਰਟੀ ਜਿਸ ਨੇ ਸਾਰਿਆਂ ਕੋਲੋਂ ਅੱਗੇ ਵੱਧ ਕੇ ਇਹਦੀ ਮੁਖਾਲਫਤ ਕੀਤੀ ਹੈ ਉਹਨਾਂ ਨੇ ਆਪਣੇ ਮੈਨੀਫੈਸਟੋ ਵਿੱਚ ਇਹ ਲਿਖਿਆ ਹੋਇਆ ਸੀ ਕਿ ਅਸੀਂ ਮੰਡੀ ਨੂੰ ਕਿਸ ਤਰ੍ਹਾਂ ਲਿਬਰਲਾਈਜੇਸ਼ਨ ਕਰੀਏ ਇਹਦੇ ਤੇ ਵਿਚਾਰ ਕਰਾਂਗੇ ਲੇਕਿਨ ਹੁਣ ਕਿਉਂਕਿ ਮੋਦੀ ਜੀ ਦੀ ਮੁਖਾਲਫਤ ਕਰਨ ਦਾ ਇੰਨਾ ਜਨੂਨ ਉਹਨਾਂ ਤੇ ਸਵਾਰ ਹੋ ਚੁੱਕਿਆ ਹੈ ਕਿ ਜੋ ਵੀ ਗੱਲ ਹੋਵੇ ਭਾਵੇਂ ਕਿਸਾਨ ਦੇ ਹਿੱਤ ਵਿੱਚ ਹੋਵੇ ਭਾਵੇਂ ਆਪ ਇਨਸਾਨ ਦੇ ਹਿਤ ਵਿੱਚ ਹੋਵੇ ਕਿਉਂਕਿ ਮੋਦੀ ਜੀ ਦੇ ਜ਼ਰੀਏ ਹੋਰ ਵੀ ਹੈ ਇਸ ਵਾਸਤੇ ਉਹਦੇ ਵਿੱਚ ਕੋਈ ਨਾ ਕੋਈ ਨੁਕਸ ਕੱਢਣ ਦੀ ਉਹਨਾਂ ਨੂੰ ਮਜਬੂਰੀ ਮਹਿਸੂਸ ਹੋ ਰਹੀ ਹੈ। ਮੁਹਾਲੀ ਤੇ ਰੋਪੜ ਜ਼ਿਲ੍ਹੇ ਦੇ ਕਿਸਾਨਾਂ ਨੇ ਕੇਂਦਰੀ ਮੰਤਰੀ ਜਤਿੰਦਰ ਸਿੰਘ ਨਾਲ ਖੇਤੀ ਕਾਨੂੰਨਾਂ ਤੇ ਚਰਚਾ ਤੋਂ ਬਾਅਦ ਤਸੱਲੀ ਪ੍ਰਗਟ ਕੀਤੀ। ਸਰਪਾਰਟੀ ਦੇ ਨੁਮਾਇੰਦੇ ਨੇ ਚਰਚਾ ਵਿੱਚ ਸ਼ਾਮਿਲ ਕਈ ਕਿਸਾਨਾਂ ਨਾਲ ਗੱਲਬਾਤ ਕੀਤੀ। ਆਨੰਦਪੁਰ ਸਾਹਿਬ ਦੇ ਖਮੇੜਾ ਪਿੰਡ ਦੇ ਕਿਸਾਨ ਮਨੋਹਰ لال ਨੇ ਕਿਹਾ ਕਿ ਪੰਜਾਬ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨਾਂ ਪਿੱਛੇ ਸਿਆਸੀ ਪਾਰਟੀਆਂ ਦੀ ਚਾਲ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਖੇਤੀ ਕਾਨੂੰਨਾਂ ਨੂੰ ਚੰਗੀ ਤਰ੍ਹਾਂ ਪੜ੍ਹਿਆ ਹੈ ਤੇ ਇਹਨਾਂ ਵਿੱਚ ਜ਼ਮੀਨ ਦੀ ਮਾਲਕੀ ਕਿਸਾਨਾਂ ਕੋਲ ਹੀ ਰਹਿਣ ਬਾਰੇ ਹੀ ਬਹੁਤ ਸਪਸ਼ਟ ਕਿਹਾ ਗਿਆ ਹੈ ਤੇ ਕਿਸਾਨਾਂ ਨੂੰ ਐਮਐਸਪੀ ਅਤੇ ਮੰਡੀਆਂ ਵਿੱਚ ਫਸਲ ਵੇਚਣ ਦਾ ਬਦਲ ਵੀ ਜਾਰੀ ਰਹੇਗਾ। ਮੋਹਾਲੀ ਜ਼ਿਲ੍ਹੇ ਦੇ ਲਾਲੜੂ ਦੇ ਇੱਕ ਹੋਰ ਕਿਸਾਨ ਰਾਜਪਾਲ ਸਿੰਘ ਰਾਣਾ ਨੇ ਕਿਹਾ ਕਿ ਉਹ ਕਿਸਾਨ ਹੋਣ ਦੇ ਨਾਤੇ ਇਹਨਾਂ ਕਾਨੂੰਨਾਂ ਦਾ ਸਵਾਗਤ ਉਨ੍ਹਾਂ ਦਾ ਮੰਨਣਾ ਸੀ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੀ ਭਲਾਈ ਲਈ ਸਕੀਮਾਂ ਤੇ ਪ੍ਰੋਗਰਾਮ ਲੈ ਕੇ ਆਏ ਉਸ ਤਰ੍ਹਾਂ ਬੀਤੇ 70 ਸਾਲਾਂ ਵਿੱਚ ਪਹਿਲਾਂ ਕਿਸੇ ਹੋਰ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ। ਆਨੰਦਪੁਰ ਸਾਹਿਬ ਦੇ ਜਰਨੈਲ ਸਿੰਘ ਨੇ ਵੀ ਕੇਂਦਰੀ ਮੰਤਰੀ ਜితేంద్ర ਸਿੰਘ ਵੱਲੋਂ ਵੱਖ-ਵੱਖ ਮੁੱਦਿਆਂ ਤੇ ਦਿੱਤੇ ਗਏ ਸਪਸ਼ਟਿਕਰਨ ਤੇ ਤਸੱਲੀ ਪ੍ਰਗਟ ਕੀਤੀ ਅਤੇ ਖੇਤੀ ਕਾਨੂੰਨਾ ਪ੍ਰਤੀ ਸਹਿਮਤੀ ਜਤਾਈ। ਪਹਿਲੇ ਮੋਦੀ ਜੀ ਨੇ 500 ਰੁਪਏ ਦिए पर महीना के हिसाब से वो मोदी जी ने कोई मैनिफेस्टो में नहीं डाले थे वो भी किसान के हित के लिए दिए और आगे भी ये तीन बिल मोदी जी ने जो पास किए ये भी किसानों के भले के लिए है सड़कों पे हम कभी भी उतर सकते हैं पहले इन बिलों को देखना चाहिए और बिलों का अगर हमें नुकसान होगा तो विरोध तो हम कभी भी कर सकते हैं मैं इन बिलों का स्वागत करता हूँ नरेंद्र मोदी जी साइन किसान निधि योजना जो भी योजना है साढ़े बारे सोच रहे हैं आपों नाला ਅੰਮ੍ਰਿਤ ਪਤਾ ਸਾਡੀ ਜੋ ਜ਼ਮੀਨ ਹੈ ਸਾਡੇ ਹੱਥੇ ਚ ਕੋਈ ਜ਼ਮੀਨ ਖੁਰਕਣੀ ਹੋਊਗੀ ਇਹ ਸਿਰਫ ਭਵਾ ਹੈ ਕੁਛ ਨਹੀਂ ਇਧ ਵਿੱਚ ਇਹ ਤੋਂ ਇਲਾਵਾ ਕੁਛ ਨਹੀਂ ਹੈ ਪੰਜਾਬ ਸਰਕਾਰ ਵੱਲੋਂ ਅੱਜ ਕੇਂਦਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਚਾਰ ਬਿੱਲ ਲਿਆਂਦੇ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਬਿੱਲਾਂ ਨੂੰ ਸਦਨ ਵਿੱਚ ਪੇਸ਼ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਨਾਲ ਬੇਇਨਸਾਫੀ ਅੱਗੇ ਝੁਕਣ ਦੀ ਬਜਾਏ ਅਸਤੀਫਾ ਦੇਣ ਲਈ ਤਿਆਰ ਨੇ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਵੱਲੋਂ ਲਿਆਂਦੇ ਗਏ ਨਵੇਂ ਖੇਤੀ ਕਾਨੂੰਨਾਂ ਨਾਲ ਸੂਬੇ ਵਿੱਚ ਸ਼ਾਂਤੀ ਪੰਗ ਹੋਣ ਤੇ ਕੌਮੀ ਸੁਰੱਖਿਆ ਨੂੰ ਖਤਰੇ ਦਾ ਅੰਦੇਸ਼ਾ ਹੈ ਉਨ੍ਹਾਂ ਕਿਹਾ ਕਿ ਉਹ ਸਥਿਤੀ ਬਾਰੇ ਬੇਚੈਨ ਅਤੇ ਪਰੇਸ਼ਾਨ ਨੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚਾਹੀ ਉਹਨਾਂ ਦੀ ਸਰਕਾਰ ਪੰਗ ਕਰ ਦਿੱਤੀ ਜਾਵੇ ਪਰ ਕਿਸਾਨਾਂ ਨੂੰ ਤਬਾਹ ਨਹੀਂ ਹੋਣ ਦੇਣਗੇ ਮੁੱਖ ਮੰਤਰੀ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਤਾਂ ਪੰਜਾਬ ਦੇ ਨਾਰਾਜ਼ ਨੌਜਵਾਨ ਕਿਸਾਨਾਂ ਦੇ ਸਮਰਥਨ ਵਿੱਚ ਸੜਕਾਂ ਤੇ ਆ ਜਾਣਗੇ। ਉਹਨਾਂ ਨੇ ਕਿਹਾ ਕਿ ਚੀਨ ਅਤੇ ਪਾਕਿਸਤਾਨ ਅਜਿਹੇ ਮੌਕੇ ਦਾ ਫਾਇਦਾ ਲੈ ਕੇ ਸੂਬੇ ਦੀ ਸ਼ਾਂਤੀ ਭੰਗ ਕਰ ਸਕਦੇ ਨੇ। ਮੁੱਖ ਮੰਤਰੀ ਨੇ ਆंदोलਨਕਾਰੀ ਕਿਸਾਨਾਂ ਨੂੰ ਪੂਰੇ ਸਮਰਥਨ ਦਾ ਪ੍ਰੋਸਾ ਦਵਾਇਆ ਪਰ ਉਹਨਾਂ ਅਪੀਲ ਕੀਤੀ ਕਿ ਉਹ ਜ਼ਰੂਰੀ ਵਸਤਾਂ ਦੀ ਟੋਆ ਟਵਾਈ ਵਿੱਚ ਪੈਦਾ ਹੋ ਰਹੀ ਦਿੱਕਤ ਦੇ ਮੱਦੇਨਜ਼ਰ ਰੇਲ ਪਟੜੀਆਂ ਤੇ ਸੜਕਾਂ ਤੋਂ ਜਾਮ ਹਟਾ ਲੈਣ। ਮੁੱਖ ਮੰਤਰੀ ਵੱਲੋਂ ਪੇਸ਼ ਕੀਤੇ ਗਏ ਬਿੱਲਾਂ ਵਿੱਚ ਕਿਸਾਨ ਵਪਾਰ ਤੇ ਵਣਜ ਦੇ ਵਿਸ਼ੇਸ਼ ਪ੍ਰਬੰਧ ਅਤੇ ਪੰਜਾਬ ਸੋਧ ਬਿੱਲ 220 ਜ਼ਰੂਰੀ ਬਸਤਾ ਵਿਸ਼ੇਸ਼ ਪ੍ਰਬੰਧ ਤੇ ਪੰਜਾਬ ਸੋਧ ਬਿੱਲ 220 ਕਿਸਾਨ ਸ਼ਕਤੀਕਰਨ ਤੇ ਰੱਖਿਆ ਮੁੱਲ ਪ੍ਰੋਸਾ ਅਤੇ ਖੇਤੀ ਸੇਵਾਵਾਂ ਵਿਸ਼ੇਸ਼ ਪ੍ਰਬੰਧ ਅਤੇ ਪੰਜਾਬ ਸੋਧ ਬਿਲ 220 ਅਤੇ ਕੋਡ ਆਫ ਸਿਵਲ ਪ੍ਰੋਸੀਜਰ ਪੰਜਾਬ ਸੋਧ ਬਿੱਲ ਸ਼ਾਮਿਲ ਸਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਹ ਸਿਆਸੀ ਪਾਰਟੀਆਂ ਨੂੰ ਆਪਣੀ ਸਰਕਾਰ ਵੱਲੋਂ ਲਿਆਂਦੇ ਗਏ ਚਾਰ ਇਤਿਹਾਸਿਕ ਬਿੱਲਾਂ ਨੂੰ ਸਦਨ ਵਿੱਚ ਸਰਬਸੰਮਤੀ ਨਾਲ ਪਾਸ ਕਰਨ ਦੀ ਅਪੀਲ ਕੀਤੀ ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਬਿੱਲਾਂ ਵਿੱਚ ਹੋਰਨਾ ਉਪਬੰਧਾਂ ਤੋਂ ਇਲਾਵਾ ਖੇਤੀਬਾੜੀ ਕਰਾਰ ਤਹਿਤ ਕਟੋ-ਕਾਟ ਸਮਰਥਨ ਮੁੱਲ ਤੋਂ ਹੇਠਲੀ ਕੀਮਤ ਤੇ ਚੋਨਾ ਜਾਂ ਕਣਕ ਦੀ ਖਰੀਦ ਕਰਨ ਤੇ ਕਟੋ-ਕਾਟ ਤਿੰਨ ਸਾਲ ਦੀ ਸਜ਼ਾ ਅਤੇ ਜੁਰਮਾਨੇ ਕਿਸਾਨਾਂ ਨੂੰ 2 ਏਕੜ ਤੱਕ ਦੀ ਜ਼ਮੀਨ ਦੀ ਕਰਗੀ ਤੋਂ ਛੋਟ ਅਤੇ ਖੇਤੀ ਉਤਪਾਦਾਂ ਦੀ ਜਮ੍ਹਾਂ ਖੋਰੀ ਤੇ ਕਾਲਾ ਬਾਜ਼ਾਰੀ ਤੋਂ ਛੁਟਕਾਰਾ ਪਾਉਣ ਦੀ ਵਿਵਸਥਾ ਸ਼ਾਮਿਲ ਕੀਤੀ ਗਈ ਹੈ। ਇਹ ਬਿੱਲ ਕੇਂਦਰ ਸਰਕਾਰ ਦੇ ਕਿਸਾਨਾਂ ਦੇ ਸ਼ਕਤੀਕਰਨ ਤੇ ਸੁਰੱਖਿਆ ਕੀਮਤ ਦੇ ਭਰੋਸੇ ਬਾਰੇ ਕਰਾਰ ਅਤੇ ਖੇਤੀ ਸੇਵਾਵਾਂ ਐਕਟ 2020 ਦੀ ਧਾਰਾ 119 ਤੇ 20 ਵਿੱਚ ਸੋਧ ਕਰਨ ਦੀ ਮੰਗ ਕਰਦਾ ਹੈ ਇਸ ਵਿੱਚ ਨਵੀਆਂ ਧਾਰਾਵਾਂ 4 6 ਤੋਂ 11 ਨੂੰ ਸ਼ਾਮਲ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਹੈ ਇਸੇ ਤਰ੍ਹਾਂ ਕਿਸਾਨ ਜਿੰਸ ਵਪਾਰ ਤੇ ਵਣਜ ਵਿਸ਼ੇਸ਼ ਵਿਵਸਥਾ ਮਾ ਅਤੇ ਪੰਜਾਬ ਸੋਦ ਬਿਲ 2020 ਤਹਿਤ ਕਿਸਾਨ ਜਿੰਸ ਵਪਾਰ ਤੇ ਵਣਜ ਐਕਟ 2020 ਦੀ ਤਾਰਾ 1 14 ਤੇ 15 ਵਿੱਚ ਸੋਧ ਕਰਨ ਦੀ ਮੰਗ ਕੀਤੀ ਗਈ ਹੈ ਇਹਨਾਂ ਦੋਵੇਂ ਬਿੱਲਾਂ ਦਾ ਉਦੇਸ਼ ਏਪੀਐਮਸੀ ਕਾਨੂੰਨ ਦੇ ਢਾਂਚੇ ਰਾਹੀਂ ਐਮਐਸਪੀ ਦੀ ਵਿਧੀ ਸਮੇਤ ਵਕਵਕ ਸੁਰੱਖਿਆਵਾਂ ਬਹਾਲ ਕਰਕੇ ਕੇਂਦਰੀ ਐਕਟ ਦੇ ਲਾਗੂ ਹੋਣ ਨਾਲ ਪੰਜਾਬ ਦੇ ਕਿਸਾਨਾਂ ਵੱਲੋਂ ਨੁਕਸਾਨ ਦੇ ਜ਼ਾਹਰ ਕੀਤੇ ਗਏ ਤੋਖਲਿਆਂ ਨੂੰ ਰੋਕਣਾ ਹੈ ਤਾਂ ਜੋ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਨਾਲ-ਨਾਲ ਖੇਤੀਬਾੜੀ ਧੰਦੇ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣਾਂ ਲੋਕਾਂ ਦੀ ਰੋਜ਼ੀ-ਰੋਟੀ ਤੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ। ਬੀਤੇ ਦਿਨ ਭਾਰਤ ਵਿੱਚ 4 ਮਹੀਨਿਆਂ ਵਿੱਚ ਸਭ ਤੋਂ ਘੱਟ 46790 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ। ਕੇਂਦਰੀ ਸਿਹਤ ਮੰਤਰਾਲਾ ਅਨੁਸਾਰ ਬੀਤੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 587 ਦਰਜ ਕੀਤੀ ਗਈ ਜਿਸ ਮਗਰੋਂ ਹੁਣ ਤੱਕ ਕੋਵਿਡ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਕੁੱਲ ਸੰਖਿਆ 115197 ਹੋ ਗਈ ਹੈ ਦੇਸ਼ ਵਿੱਚ ਕਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 6033328 ਤੱਕ ਪਹੁੰਚ ਗਈ ਹੈ ਕਰੋਨਾ ਤੋਂ ਸਹਿਤਿਆਬ ਹੋਣ ਦੀ ਦਰ 88.63% ਦਰਜ ਕੀਤੀ ਗਈ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਬਰੀਫਿੰਗ ਦੌਰਾਨ ਦੱਸਿਆ ਕਿ ਭਾਰਤ ਵਿੱਚ ਕਰੋਨਾ ਦੇ ਐਕਟਿਵ ਮਾਮਲਿਆਂ ਦੀ ਸੰਖਿਆ 748538 ਜੋ ਪੁਸ਼ਟੀ ਵਾਲੇ ਕੁੱਲ ਮਾਮਲਿਆਂ ਦਾ 9.85% ਬੰਦਾ ਹੈ उन्होंने दस कि देश में कोरोना के रोजाना ताज़ा मामलों की गिनती लगातार कमी दर्ज की जा रही है इस समय तक नौ करोड़ साठ लाख टेस्ट किए हैं देश भर में ये विश्व की दूसरी सबसे बड़ी संख्या है टेस्ट की किसी भी देश में इतनी भारी तादाद में इतनी बड़ी संख्या में टेस्ट करने के बावजूद जो क्यूमुलेटिव पॉजिटिविटी रेट है देश का वो 7.90 परसेंट है यानी 8 प्रतिशत से नीचे आ गया है जो साप्ताहिक पॉजिटिविटी रेट है वो छः प्रतिशत है अगर आज सुबह का देखें तो 5.9 था तो इसमें भी भारी गिरावट हुई बीएसएफ एस वालों फिरोजपुर सेक्टर विच कंडियाली तार ने आज कोई ढाई किलो हैरोइन बरामद की थी गई बीएसएफ दे पंजाब फ्रंटियर हेडक्वार्टर तो जारी प्रेस रिलीज़ विच कहा गया है कि बीएसएफ एस एफ की एक चौकस जवानों ने ਰਾਸ਼ਟਰ ਵਿਰੋਧੀ ਅੰਸਰਾਂ ਦੀ ਭਾਰਤ ਵਿੱਚ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਚੋਰੀ ਛੁਪੇ ਭੇਜਣ ਦੀ ਕੋਸ਼ਿਸ਼ ਨੂੰ ਉਸ ਵੇਲੇ ناکਾਮ ਕਰ ਦਿੱਤਾ ਜਦੋਂ ਉਨ੍ਹਾਂ ਵੱਲੋਂ 3 ਪੈਕੇਟ ਹੈਰੋਇਨ ਸਮੇਤ ਇੱਕ ਪਿਸਤੌਲ ਇੱਕ ਮੈਗਜ਼ੀਨ ਤੇ 4 ਰੌਂਦ ਜ਼ਬਤ ਕੀਤੇ ਗਏ। ਜੰਮੂ ਕਸ਼ਮੀਰ ਦੇ ਪਲਵਾਮਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ ਦੋ ਅਤਵਾਦੀ ਮਾਰੇ ਗਏ ਇੱਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਹਰਕਰੀ ਪੋਰਾ ਕਾਖਪੋਰਾ ਪਿੰਡਾਂ ਵਿੱਚ ਅਤਵਾਦੀਆਂ ਦੀ ਮੌਜੂਦਗੀ ਬਾਰੇ ਸੂਚ ਮਿਲਣ ਮਗਰੋਂ ਇਲਾਕੇ ਦੀ ਕੀਰਾਬੰਦੀ ਕਰਕੇ ਤਲਾਸ਼ੀ ਅਭਿਆਨ ਆਰੰਭਿਆ ਜਿਸ ਦੌਰਾਨ ਲੁਕੇ ਹੋਏ ਅਤਵਾਦੀਆਂ ਨੇ ਸੁਰੱਖਿਆ ਬਲਾਂ ਤੇ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਦੋ ਅਤਵਾਦੀ ਟੀਰ ਕਰ ਦਿੱਤੇ ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਦੇ ਕਟੂਆ ਜ਼ਿਲ੍ਹੇ ਦੇ ਹੀਦਾਨਗਰ ਸੈਕਟਰ ਵਿੱਚ ਕਮਾਂਤਰੀ ਸਰਹੱਦ ਤੇ ਬੀਐਸਐਫ ਦੀਆਂ ਸਰਹੱਦੀ ਨਿਗਰਾਨ ਚੌਕੀਆਂ ਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕੀਤੀ ਗਈ ਸਰਕਾਰੀ ਅਧਿਕਾਰੀਆਂ ਨੇ ਜੰਮੂ ਵਿੱਚ ਦੱਸਿਆ ਕਿ ਬੀਐਸਐਫ ਨੇ ਪਾਕਿਸਤਾਨ ਦੀ ਇਸ ਹਰਕਤ ਦਾ ਮੂਤ ਉਤ ਜਵਾਬ ਦਿੱਤਾ ਉਹਨਾਂ ਦੱਸਿਆ ਕਿ ਪਾਕਿਸਤਾਨ ਰੇਂਜਰਾਂ ਨੇ ਸੋਮਵਾਰ ਰਾਤ 9:50 ਮਿੰਟ ਤੇ ਭਾਰਤ ਵਾਲੇ ਪਾਸੇ ਫਾਇਰਿੰਗ ਕਰਨੀ ਸ਼ੁਰੂ ਕੀਤੀ ਜੋ ਅੱਜ ਤੜਕੇ 5:05 ਮਿੰਟ ਤੱਕ ਜਾਰੀ ਰਹੀ ਇਸ ਸਮੇਂ ਦੌਰਾਨ ਦੋਵੇਂ ਪਾਸੇੋਂ ਰੁਕ ਰੁਕ ਕੇ ਫਾਇਰਿੰਗ ਹੁੰਦੀ ਰਹੀ ਪਰ ਇਸ ਫਾਇਰਿੰਗ ਕਾਰ ਤੇ ਇਸੇ ਨਾਲ ਹੀ ਖਬਰਾਂ ਦਾ ਇਹ ਬਲਟਨ ਖਤਮ ਹੁੰਦਾ ਹੈ ਆ ਗਿਆ ਦਿਓ ਨਮਸਕਾਰ